ਜਿਹੜੀ ਪੋਲੀਟੀਕਲ ਪਾਰਟੀਆਂ ਆ ਪੋਲੀਟੀਕਲ ਲੀਡਰ ਇਸ এজেন্ডੇ ਨੂੰ ਮੰਨਣਗੇ ਉਹਨਾਂ ਦੀ ਸਪੋਰਟ ਕੀਤੀ ਜਾਏਗੀ ਤੇ ਜਿਹੜੀਆਂ ਨਹੀਂ ਮੰਨਣਗੀਆਂ ਉਹਨਾਂ ਦਾ ਵਿਰੋਧ ਵੀ ਹੋਊਗਾ ਬਿਲਕੁਲ ਵਿਰੋਧ ਹੋਊਗਾ ਕਿਉਂ ਨਹੀਂ ਵਿਰੋਧ ਕਰਾਂਗੇ ਅਸੀਂ ਤਾਂ ਕਹਿ ਰਹੇ ਹਾਂ ਕਿ ਗੱਲਾਂ ਕਰੋ ਇਹਦੀਆਂ ਫਰੀ ਵੀ ਨਾ ਮੰਡੋ ਲੋਕਾਂ ਨੂੰ ਲਾਲਚ ਨਾ ਦਿਓ ਮੁੱਦੇ ਦੀ ਗੱਲ ਕਰੋ ਪਾਲਿਸੀ ਦੀ ਗੱਲ ਕਰੋ ਅਸੀਂ ਤੁਹਾਡੇ ਨਾਲ ਤੁਹਾਡੀ ਫਿਲਮ ਆਈ ਸੀ ਕਾਫਲਾ ਉਹਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਨੂੰ ਤੁਸੀਂ ਉਹਦੇ ਚ ਫੋਕਸ ਕੀਤਾ ਸੀ ਹੁਣ ਜਿਹੜਾ ਮਾਹੌਲ ਚੱਲਦਾ ਪਿਆ ਲੱਖਾਂ ਦੀ ਤਾਦਾਦ ਦੇ ਵਿੱਚ ਹਰ ਸਾਲ ਪੰਜਾਬੀ ਨੌਜਵਾਨਾ ਵਿਦੇਸ਼ਾਂ ਵੱਲ ਦੁੱਕ ਕਰ ਰਿਹਾ ਅਸੀਂ ਤਾਂ ਕਹਿ ਰਹੇ ਹਾਂ ਇਹਨਾਂ ਨੂੰ ਮਾਈਗ੍ਰੇਸ਼ਨ ਨੂੰ ਰੋਕਿਆ ਜਾਵੇ ਔਰ ਕਿਉਂ ਜਾ ਰਿਹਾ ਬਾਹਰ ਬੰਦਾ ਕਿਉਂ ਜਾ ਰਿਹਾ ਆਪਰਚੂਨਿਟੀ ਹੈ ਨਹੀਂ ਉਹਦੇ ਕੋਲੇ ਅਸੀਂ ਬਹੁਤ ਇਨਸਿਓਰ ਕਰਤਾ ਸਾਡੇ ਲੋਕਾਂ ਨੂੰ ਇਨਸਿਓਰ ਕਰਕੇ ਕਿ ਇੱਥੇ ਤਾਂ ਪਤਾ ਨਹੀਂ ਕਦੋਂ ਕੀ ਹੋ ਜੇ ਔਰ ਕਿਸੇ ਦੀ ਕੋਈ ਸੁਣਵਾਈ ਨਹੀਂਗੀ ਲਾ ਐਂਡ ਆਰਡਰ ਦਾ ਹਾਲ ਕਰਤਾ ਅਸੀਂ ਸੋ ਪਹਿਲਾਂ ਜਦੋਂ ਗੰਨੇ ਦਾ ਰੇਟ ਵਧਾਇਆ ਗਿਆ ਪਹਿਲਾਂ ਵਧਾਇਆ ਗਿਆ ਸੀ 4 ਸਾਲ ਤੱਕ ਨਹੀਂ ਵਧਾਇਆ ਗਿਆ ਸੀ ਨਾ ਹੁਣ ਫਟ ਵਧਾਤਾ ਸੋ ਇਹ ਹੁੰਦਾ ਦਬਾਅ ਦਾ ਕੰਮ ਜਿਹੜੀਆਂ ਸਟਰੀਟ ਦੀਆਂ ਮੰਗਾ ਹੈਗੀਆਂ ਨੇ ਉਹ ਤਾਂ ਹੋ ਹੀ ਰਹੀਆਂ ਨੇ ਉਹ ਤਾਂ ਮੰਗ ਹੀ ਰਹੇ ਹਾਂ ਸੀ ਅਸੀਂ ਕਦੋਂ ਕਹਿ ਰਹੇ ਹਾਂ ਅੱਜ ਤਾਂ ਕਹਿ ਰਹਿੰਦੇ ਹੋ ਸਾਡਾ ਚੰਡੀਗੜ੍ਹ ਹੈਗਾ ਅਮਿਤੋਜ਼ ਮਾਨ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪਹਿਲਾਂ ਤਾਂ ਮਾਨ ਸਾਹਿਬ ਜਿਹੜਾ ਜੂਜ਼ ਦਾ ਪੰਜਾਬ ਲੱਗਦਾ ਕਿ ਹੁਣ ਜਲਦੀ ਹੀ ਬਦਲਾਅ ਆਉਣ ਵਾਲਾ ਪੰਜਾਬ ਦੇ ਵਿੱਚ ਲੱਗਦਾ ਤਾਂ ਹੈ ਜੀ ਉਨ ਬਾਕੀ ਤੁਹਾਡੇ ਰਹੇ ਅਸੀਂ ਕਹੀ ਜਾ ਰਹੇ ਹਾਂ ਲੋਕਾਂ ਨੂੰ ਜੁੜਨਾ ਚਾਹੀਦਾ ਨਾਲ ਉਹ ਅਸੀਂ ਇਹ ਕੰਮ ਕਰ ਸਕੀਏ ਕੋਸ਼ਿਸ਼ ਹੈ ਇਸੇ ਲਈ ਅਜੰਡਾ ਲੈ ਕੇ ਆਏ ਹਾਂ ਸਰ ਅਜੰਡੇ ਦੀ ਗੱਲ ਕੀਤੀ ਤੁਸੀਂ ਜਿਹੜੀ ਪੋਲੀਟੀਕਲ ਪਾਰਟੀਆਂ ਆ ਪੋਲੀਟੀਕਲ ਲੀਡਰ ਇਸ ਅਜੰਡੇ ਨੂੰ ਮੰਨਣਗੇ ਉਹਨਾਂ ਦੀ ਸਪੋਰਟ ਕੀਤੀ ਜਾਏਗੀ ਤੇ ਜਿਹੜੀਆਂ ਨਹੀਂ ਮੰਨਣਗੇ ਉਹਨਾਂ ਦਾ ਵਿਰੋਧ ਵੀ ਹੋਊਗਾ ਬਿਲਕੁਲ ਵਿਰੋਧ ਹੋਊਗਾ ਕਿਉਂ ਨਹੀਂ ਵਿਰੋਧ ਕਰਾਂਗੇ ਕਵਾਂਗੇ ਇਹਨਾਂ ਨੂੰ ਨਾ ਜਿਤਾਓ ਨਹੀਂ ਤਾਂ ਇਹ ਵੀ ਲੁੱਟਣਗੇ ਤੁਹਾਨੂੰ ਅੱਗੇ ਜਾ ਕੇ ਕਵਾਂਗੇ ਅਸੀਂ ਰੂਪਰੇਖਾ ਕੀ ਰਹਿਣ ਵਾਲੀ ਹੈ ਕਿਉਂਕਿ ਇਲੈਕਸ਼ਨਾਂ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਰਹਿ ਗਿਆ ਤੇ ਅਸੀਂ ਅਸੀਂ ਐਸਾ ਏਜੈਂਡੇ ਨਾਲ ਸਹਿਮਤ ਹੋਣਗੇ ਜਿਹੜਾ ਏਜੈਂਡੇ ਦੇ ਵਿੱਚ ਲਿਖਿਆ ਵੀ ਹੈ ਤਰੀਕਾ ਕੀ ਹੈ ਸਹਿਮਤ ਹੁੰਦਾ ਉਹ ਵੀ ਲਿਖਿਆ ਹੈ ਉਸ ਤਰੀਕੇ ਨਾਲ ਜੇ ਸਹਿਮਤ ਨਹੀਂ ਹੋਣਗੇ ਤਾਂ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਤੁਹਾਨੂੰ ਸਹਿਮਤ ਹੋਣ ਚੁੱਕੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਲੋਕਾਂ ਦੀ ਭਲਾਈ ਕਰਨੀ ਹੈ ਅਸੀਂ ਇਹੀ ਕਿਹਾ ਐਜੂਕੇਸ਼ਨ ਬੈਟਰ ਹੋਵੇ ਐਜੂਕੇਸ਼ਨ ਦਾ ਇੱਕ ਰੋਡਮੈਪ ਵੀ ਦਿੱਤਾ ਹੈ ਤੁਸੀਂ ਸਾਨੂੰ ਆ ਕੇ ਉਸ ਤੋਂ ਬੈਟਰ ਰੋਡਮੈਪ ਦੇ ਦਿਓਗੇ ਅਸੀਂ ਤੁਹਾਡੇ ਨਾਲ ਸਹਿਮਤ ਹੋ ਜਾਵਾਂਗੇ ਅਸੀਂ ਤਾਂ ਕਹਿ ਰਹੇ ਕਿ ਗੱਲਾਂ ਕਰੋ ਇਹਦੀਆਂ ਫਰੀ ਵੀ ਨਾ ਮੰਡੋ ਮੁੱਦੇ ਦੀ ਗੱਲ ਕਰੋ ਪਾਲਿਸੀ ਦੀ ਗੱਲ ਕਰੋ ਅਸੀਂ ਤੁਹਾਡੇ ਨਾਲ ਉਹ ਇਲੈਕਸ਼ਨਾਂ ਦਾ ਜਿਸ ਤਰੀਕੇ ਨਾਲ ਹੁਣ ਮਾਹੌਲ ਚੱਲਦਾ ਪਿਆ ਪਾਰਟੀਆਂ ਵੱਲੋਂ ਦਾਅਵੇ ਵੀ ਬਹੁਤ ਕੀਤੇ ਗਏ ਜਾਂ ਕੀਤੇ ਜਾਂਦੇ ਰਹੇ ਨੇ ਵਾਅਦੇ ਵੀ ਬਹੁਤ ਬਹੁਤ ਕੀਤੇ ਜਾਂਦੇ ਰਹੇ ਨੇ ਗਰਾਊਂਡ ਦੇ ਵਿੱਚ ਕਿਸ ਤਰੀਕੇ ਨਾਲ ਵਰਕਿੰਗ ਹੋਊਗੀ ਗਰਾਊਂਡ ਲੈਵਲ ਤੇ ਆ ਤੁਹਾਡੇ ਕੈਮਰੇ ਆ ਰਹੇ ਨੇ ਤੇ ਲੋਕਾਂ 'ਚ ਜਾ ਕੇ ਐ ਹੋਊਗੀ ਗੱਲ ਔਰ ਫੈਸਲਾ ਲੋਕਾਂ ਨੇ ਕਰਨਾ ਆਪਾਂ ਤਾਂ ਦੱਸ ਹੀ ਸਕਦੇ ਆ ਨਾ ਆਪਾਂ ਰੱਖ ਹੀ ਸਕਦੇ ਆ ਨਾ ਗੱਲ ਅੱਗੇ ਉਹ ਰੱਖ ਦਿਆਂਗੇ ਆਪਾਂ ਦੱਸ ਦਿਆਂਗੇ ਆਪਾਂ ਫਿਰ ਉਹਨਾਂ ਦੀ ਮਰਜ਼ੀ ਲੋਕਾਂ ਦੀ ਮਰਜ਼ੀ ਮਨਤੋਜੀ ਇੱਕ ਤੁਹਾਡੀ ਫਿਲਮ ਆਈ ਸੀ ਕਾਫਿਲਾ ਉਹਦੇ ਵਿੱਚ ਇਲੀਗਲ ਅ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਨੂੰ ਤੁਸੀਂ ਉਹਦੇ 'ਚ ਫੋਕਸ ਕੀਤਾ ਸੀ ਤੇ ਹੁਣ ਜਿਹੜਾ ਮਾਹੌਲ ਚੱਲਦਾ ਪਿਆ ਹੁਣ ਜਿਹੜਾ ਸਿਨੈਰੀਓ ਚੱਲਦਾ ਪਿਆ ਲੱਖਾਂ ਦੀ ਤਾਦਾਦ ਦੇ ਵਿੱਚ ਹਰ ਸਾਲ ਪੰਜਾਬੀ ਨੌਜਵਾਨਾ ਵਿਦੇਸ਼ਾਂ ਵੱਲ ਰੁੱਕ ਕਰ ਰਿਹਾ ਉਹਨਾਂ ਨੂੰ ਰੋਕਣ ਦੇ ਲਈ ਵਾਅਦੇ ਵੀ ਬਹੁਤ ਕੀਤੇ ਜਾਂਦੇ ਨੇ ਇਹ ਵੀ ਕਿਹਾ ਜਾਂਦਾ ਕਿ ਆਪਣੇ ਹੀ ਦੇਸ਼ ਦੇ ਵਿੱਚ ਰੋਜ਼ਗਾਰ ਪੈਦਾ ਕੀਤੇ ਜਾਣਗੇ ਪਰ ਉਹ ਕਿਤੇ ਨਾ ਕਿਤੇ ਇਹ ਜਿਹੜੇ ਤੁਹਾਡੇ ਏਜੰਡੇ ਨੇ ਉੱਥੇ ਦਿਖੇ ਨਹੀਂ ਉਹ ਕਿਉਂ ਨਹੀਂ ਦਿਖਿਆ ਅਸੀਂ ਤਾਂ ਕਿਹਾ ਇਹਦੇ ਵਿੱਚ ਅਸੀਂ ਤਾਂ ਕਹਿ ਰਹੇ ਹਾਂ ਇਹਨੂੰ ਮਾਈਗ੍ਰੇਸ਼ਨ ਨੂੰ ਰੋਕਿਆ ਜਾਵੇ ਔਰ ਕਿਉਂ ਜਾ ਰਿਹਾ ਬਾਹਰ ਬੰਦਾ ਕਿਉਂ ਜਾ ਰਿਹਾ ਆਪਰਚੂਨਿਟੀ ਹੈ ਨਹੀਂ ਉਹਦੇ ਕੋਲੇ ਅਸੀਂ ਨਾ ਸਾਨੂੰ ਇਹ ਪਤਾ ਕਿਹੜੇ ਕੋਰਸਸ ਹੋਣੇ ਚਾਹੀਦੇ ਆ ਕਿਹੜੇ ਬੰਦ ਹੋ ਜਾਣੇ ਚਾਹੀਦੇ ਆ ਕਿਹੜੇ ਨਵੇਂ ਹੋਣੇ ਚਾਹੀਦੇ ਨੇ ਉਹ ਸੀਟਾਂ ਕਿੰਨੀਆਂ ਹੋਣ ਅਸੀਂ ਕੀ ਕਰ ਰਹੇ ਹਾਂ ਬੇਤਹਾਸ਼ਾ ਸਾਡੀਆਂ ਸੀਟਾਂ ਨੇ ਇਸ ਤੇ ਇਹ ਚ ਲਿਖਿਆ ਹੈ ਕਿ ਪਹਿਲਾਂ ਸਰਵੇ ਕਰਾਇਆ ਜਾਵੇ ਔਰ ਉਹੀ ਸੀਟਸ ਦੇ ਉੱਤੇ ਉਹਨਾਂ ਦੇ ਕੋਰਸਸ ਹੋਣ ਜਿਨ੍ਹਾਂ ਦੀ ਨੌਕਰੀ अवेलेबल ਆ ਸਿਰਫ ਉਹਨਾਂ ਤੋਂ 15 ਜਾਂ 20% ਉੱਤੇ ਉਹਨਾਂ ਦੀਆਂ ਸੀਟਸ ਬਣਾਈਆਂ ਜਾਣ ਤਾਂ ਜੋ ਬੰਦੇ ਡਿਵਾਈਡ ਹੋ ਜਾਣ ਔਰ ਉਹਨਾਂ ਨੂੰ ਬੇਰੁਜ਼ਗਾਰੀ ਨਾ ਆਵੇ ਉਹਨਾਂ ਨੂੰ ਜੌਬ ਓਪਰਚ्युनिटी ਮਿਲੇ ਔਰ ਫਿਰ ਬਾਕੀ ਲੋਕ ਜਿਹੜੇ ਪੜ੍ਹਾਈ ਤੇ ਇਵੇਂ ਹੀ ਪੈਸਾ ਲਾਉਣਗੇ ਉਹ ਆਪਦੇ ਕਿਸੇ ਪ੍ਰਾਈਵੇਟ ਧੰਦੇ 'ਚ ਵੀ ਲਾ ਸਕਣ ਇਹ ਸਾਰਾ ਕੁਝ ਹੈ ਔਰ ਸੈਕੰਡ ਜੋ ਸਫਾਈ ਹੋਊਗੀ ਐਡਮਿਨਿਸਟ੍ਰੇਸ਼ਨ ਸਹੀ ਹੋਊਗੀ ਸਿਸਟਮ ਸਹੀ ਚੱਲੂਗਾ ਲੋਕ ਬਾਹਰ ਕਿਉਂ ਜਾਣਗੇ ਅੱਜ ਅਸੀਂ ਇੱਥੇ ਕਹਿ ਕੇ ਕੀ ਜਾ ਰਹੇ ਹਾਂ ਜਿਹੜੇ ਅਮੀਰ ਮੁੰਡੇ ਵੀ ਨੇ ਜਾਂ ਜਿਨ੍ਹਾਂ ਕੋਲੇ ਪੈਸੇ ਦਾ ਮਸਲਾ ਨਹੀਂ ਉਹ ਬਾਹਰ ਕਿਉਂ ਜਾ ਰਹੇ ਨੇ ਉਹ ਇਸੇ ਕਰਕੇ ਜਾ ਰਹੇ ਨੇ ਨਾ ਕਿ ਉਹਨਾਂ ਨੂੰ ਲੱਗਦਾ ਯਾਰ ਇੱਥੇ ਦਾ ਸਿਸਟਮ ਦਾ ਪਤਾ ਹੀ ਨਹੀਂ ਕਦੋਂ ਕੀ ਹੋ ਜਾਏ ਜਦੋਂ ਇੱਥੇ ਸਿਸਟਮ ਸਾਡਾ ਸਿਸਟਮ ਮਤਲਬ ਆ ਗਿਆ ਸਿਸਟਮ 'ਚ ਆ ਤਾਂ ਉਹਨਾਂ ਨੇ ਬਾਹਰ ਕਿਉਂ ਜਾਣਾ ਫੇਰ ਉਹ ਕਹਿਣਗੇ ਯਾਰ ਇੱਥੇ ਆਪਦੀ ਮਿੱਟੀ ਦੇ ਜ਼ਿੰਦਗੀ ਕਿਉਂ ਨਾ ਜੀਏ ਅਸੀਂ ਬਹੁਤ ਇਨਸਿਓਰ ਕਰਤਾ ਸਾਡੇ ਲੋਕਾਂ ਨੂੰ ਇਨਸਿਓਰ ਕਰਕੇ ਕਿ ਇੱਥੇ ਤਾਂ ਪਤਾ ਨਹੀਂ ਕਦੋਂ ਕੀ ਹੋ ਜੇ ਔਰ ਕਿਸੇ ਦੀ ਕੋਈ ਸੁਣਵਾਈ ਨਹੀਂਗੀ ਲਾ ਐਂਡ ਆਰਡਰ ਦਾ ਹਾਲ ਕਰਤਾ ਅਸੀਂ ਫੜ ਕੇ ਅਸੀਂ ਪਤਾ ਨਹੀਂ ਕਦੋਂ ਕੀ ਇਹਨੂੰ ਟੰਗ ਦਿੰਨੇ ਆ ਕੋਈ ਸੁਣਵਾਈ ਨਹੀਂ ਫੇਰ ਉੱਥੇ ਸੁਣਵਾਈ ਹੈ ਇੱਥੇ ਕਰਦੀ ਹੋਰ ਨਹੀਂ ਜਾਣਗੇ ਬਾਹਰ ਜੂਜ਼ ਦਾ ਪੰਜਾਬ ਜੇ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਮੈਨੂੰ ਇਹ ਲੱਗਦਾ ਕਿ ਜੂਜ਼ ਦਾ ਹੀ ਆ ਰਿਹਾ ਹੈ ਤੇ ਹੁਣ ਤਬਦੀਲੀ ਦੇ ਤੁਸੀਂ ਕਿਸ ਤਰ੍ਹਾਂ ਤਬਦੀਲੀ ਦੇਖਦੇ ਹੋ ਜਿਹੜੇ ਏਜੰਡਾ ਤੁਸੀਂ ਦਿੱਤੇ ਨੇ ਉਹ ਉਹ ਇੰਪਲੀਮੈਂਟ ਕਿਵੇਂ ਹੋ ਸਕਣਗੇ ਇਹਦੇ ਤੇ ਕੋਈ ਤੁਹਾਡਾ ਤੁਹਾਡੇ ਵੱਲੋਂ ਕੁਝ ਕੀ ਜਦੋਂ ਵਿਸ਼ਿਆਂ ਦੇ ਜਾਣਕਾਰ ਉਹ ਕੰਮ ਕਰਨ ਲੱਗ ਜਾਣਗੇ ਔਰ ਲੋਕਾਂ ਦੇ ਹਿੱਤਾਂ 'ਚ ਕਰਨਗੇ ਨਾ ਕਿ ਲੋਕਾਂ ਨੂੰ ਲੁੱਟਣ ਲਈ ਤਾਂ ਉਹ ਹੋ ਜਾਊਗਾ ਔਰ ਰਹੀ ਗੱਲ ਜੂਜਣ ਦੀ ਜੂਜਣਾ ਤਾਂ ਇਨਸਾਨ ਨੇ ਹੁੰਦਾ ਹੀ ਹੈ ਉਹ ਜਦੋਂ ਬੈਟਰ ਹੋ ਜਾਂਦਾ ਤਾਂ ਫਿਰ ਹੋਰ ਬੈਟਰ ਲਈ ਜੂਜਦਾ ਅਸੀਂ ਅਜੇ ਬੈਟਰ ਵੱਲ ਨਹੀਂ ਗਏਗੇ ਅਸੀਂ ਥੋੜਾ ਜਿਹਾ ਅੱਗੇ ਵਧਿਆ ਨਹੀਂ ਕਿ ਅਸੀਂ ਜਮਾਂ ਹੀ ਕੁਝ ਨਹੀਂ ਕੀਤਾ ਕੀਤਾ ਪਰ ਉਹਨੂੰ ਬੈਟਰ ਕੀਤਾ ਜਾ ਸਕਦਾ ਸੀ ਉਹਦਾ ਇੱਕ ਰੋਡ ਮੈਪ ਦਿੱਤਾ ਹੈ ਜ ਜੇ ਤੁਸੀਂ ਇਹਨੂੰ ਪੜ੍ਹੋਗੇ ਸਾਡੇ ਏਜੰਡੇ ਨੂੰ ਤਾਂ ਕਲੀਅਰ ਮਿਲੂਗਾ ਤੁਹਾਡੇ ਚੋਂ ਮੇਰਾ ਆਖਰੀ ਸਵਾਲ ਹੈ ਕਿ ਹੁਣ ਜਿਹੜੇ ਲੀਡਰ ਨੇ ਜਿਹੜੇ ਕਿਸਾਨ ਲੀਡਰਸ ਨੇ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਵੀ ਇਹ ਐਲਾਨ ਮੁਹਿੰਮ ਚਲਾਈ ਜਾ ਰਹੀ ਹੈ ਕਿ ਜਿਹੜੇ ਕਰਜ਼ੇ ਨੇ ਉਹ ਮਾਫ ਹੋਣੇ ਚਾਹੀਦੇ ਨੇ ਲੱਗਦਾ ਕਿ ਹੁਣ ਪੰਜਾਬ ਸਰਕਾਰ ਨੂੰ ਵੀ ਘੇਰਨ ਦੀ ਤਿਆਰੀ ਹੈ ਕਿਸਾਨਾਂ ਦੀ ਕਿਉਂਕਿ ਤੁਸੀਂ ਕਿਸਾਨੀ ਅੰਦolan ਤੋਂ ਦੇ ਵਨ ਤੋਂ ਜੁੜੇ ਹੋਏ ਹੋ ਕੀ ਮੰਨਦਾ ਦੇਖੋ ਮੈਨੂੰ ਦੱਸੋ ਪਹਿਲਾਂ ਜਦੋਂ ਗੰਨੇ ਦਾ ਰੇਟ ਵਧਾਇਆ ਗਿਆ ਪਹਿਲਾਂ ਵਧਾਇਆ ਗਿਆ ਸੀ 4 ਸਾਲ ਤੱਕ ਨਹੀਂ ਵਧਾਇਆ ਗਿਆ ਸੀ ਨਾ ਹੁਣ ਫਟ ਵਧਾਤਾ ਸੋ ਇਹ ਹੁੰਦਾ ਦਬਾ ਦਾ ਕੰਮ ਔਰ ਰਹੀ ਗੱਲ ਬਾਕੀ ਘੇਰਨ ਦੀ ਉਹ ਕਿਸਾਨ ਯੂਨੀਅਨਾਂ ਦਾ ਕੰਮ ਹੈ ਜਿਹੜੀ ਗੱਲ ਤੇ ਹੁਣ ਜਿਵੇਂ ਕਰਜ਼ੇ ਵਾਲੀ ਗੱਲ ਤੇ ਉਹ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਘੇਰਾਂਗੇ ਕਿਉਂਕਿ ਤੁਸੀਂ ਵਾਅਦਾ ਕਰਕੇ ਆਏ ਸੀ ਬਹੁਤ ਵੱਡਾ ਤੁਸੀਂ ਕਿਹਾ ਸੀ ਸਾਰੇ ਕਰਜ਼ੇ ਮਾਫ ਕਰਾਂਗੇ ਫਿਰ ਤੁਹਾਡੀ ਪਰਸੈਂਟੇਜ ਬਦਲਦੀ ਗਈ ਹੁਣ ਇਹਨੂੰ ਲੈ ਲਓ ਹੁਣ ਇਹਨੂੰ ਲੈ ਲਓ ਹੁਣ ਇਹਨੂੰ ਲੈ ਲਓ ਬਦਲ ਗਈ ਨਾ ਗੱਲ ਤਾਂ ਹੁਣ ਉਹ ਭਾਈ ਕਹਿੰਦੇ ਨੇ ਕਿ ਜਿਹੜਾ ਵ ਮੈਨੀਫੈਸਟੋ ਦੇ ਵਿੱਚ ਜਿਹਦੇ ਸਿਰ ਤੇ ਤੁਸੀਂ ਸਰਕਾਰ ਬਣਾਈਓ ਕਰੋ ਪੂਰਾ ਕਰਜ਼ਿਆਂ ਦੀ ਮਾਫੀ ਸੀਗੀ ਉਹ ਕਿਸਾਨ ਯੂਨੀਅਨਾਂ ਉਹਦੇ ਚ ਹੈ ਉਹ ਕੰਮ ਕਰਨ ਗਿਆ ਆਪਦਾ ਚੰਡੀਗੜ੍ਹ ਨੂੰ ਲੈ ਕੇ ਚੰਡੀਗੜ੍ਹ ਨੂੰ ਲੈ ਕੇ ਵੀ ਇਹ ਕਾਫੀ ਮੁੱਦਾ ਉਠਾਉਂਦੇ ਰਹੇ ਨੇ ਚਾਹੇ ਉਹ ਸਮੇਂ ਦੀਆਂ ਸਰਕਾਰਾਂ ਹੋਣ ਚਾਹੇ ਇਲੈਕਸ਼ਨਾਂ ਦਾ ਦੌਰ ਹੋਵੇ ਕਿ ਪੰਜਾਬੀ ਬੋਲਦੇ ਸੂਬੇ ਨੇ ਉਹ ਵਾਪਸ ਪੰਜਾਬ ਨੂੰ ਦਿੱਤੇ ਜਾਣ ਲੇਕਿਨ ਚੰਡੀਗੜ੍ਹ ਦਾ ਮੁੱਦਾ ਜਿਉਂਦਾ ਤਿਉਂ ਹੀ ਬਣਿਆ ਰਿਹਾ ਹੈ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਚੰਡੀਗੜ੍ਹ ਲੈਣ ਦਾ ਉਹ ਕੋਈ ਗੱਲ ਨਹੀਂ ਉਹਦਾ ਤਾਂ ਹੈ ਹੀ ਆ ਉਹਦੀ ਪਹਿਲਾਂ ਇੱਕ ਕਹੀ ਹੋਈ ਸਾਨੂੰ ਦਿੱਤਾ ਜਾਵੇ ਉਹ ਤਾਂ ਅਸੀਂ ਕਹਿ ਹੀ ਰਹੇ ਹਾਂ ਉਦੇ ਬਾਰੇ ਕੋਈ ਸ਼ੱਕ ਹੀ ਨਹੀਂ ਕੋ ਤਾਂ ਜਿਹੜੀਆਂ ਸਟੇਟ ਦੀਆਂ ਮੰਗਾਂ ਹੈਗੀਆਂ ਨੇ ਉਹ ਤਾਂ ਹੋ ਹੀ ਰਹੀਆਂ ਨੇ ਉਹ ਤਾਂ ਮੰਗ ਹੀ ਰਹੇ ਆ ਅਸੀਂ ਅਸੀਂ ਕਦੋਂ ਕਹਿ ਰਹੇ ਅਸੀਂ ਤਾਂ ਕਹਿ ਰਹਿੰਦੇ ਉਹ ਸਾਡਾ ਚੰਡੀਗੜ੍ਹ ਹੈਗਾ ਪਰ ਗੱਲ ਇਹ ਵਾਲੀ ਜਿਨ੍ਹਾਂ ਨੇ ਪਹਿਲਾਂ ਕਹਿ ਕਹਿ ਕੇ ਗੱਲਾਂ ਹੁਣ ਛੱਡਤੀਆਂ ਭੁੱਲ ਵੀ ਗਏ ਉਹਦੇ ਬਾਰੇ ਹੁਣ ਕਿਉਂ ਨਹੀਂ ਮੰਗਦੇਗੇ ਸਾਡੀ ਪੰਜਾਬੀ ਦਾ ਵੀ ਇਹ ਚ ਚੰਡੀਗੜ੍ਹ ਦੇਣ ਦੀ ਤੇ ਛੱਡੋ ਇਹ ਤੇ ਜੋ ਸਾਡਾ 60% ਦਾ ਹਿੱਸਾ ਸੀ ਪੰਜਾਬੀ ਬੋਲੀ ਹੋਈ ਨਹੀਂ ਹੈਗੀ ਪੰਜਾਬੀ ਬੋਲੀ ਦਾ ਕੀ ਹਾਲ ਕਰਤਾ ਇੱਥੇ ਅਸੀਂ ਬੋਲਡਾਂ ਦਾ ਛਰ ਛੋਟੀ ਗੱਲ ਸਾਤੋਂ ਖੋਈ ਜਾ ਰਹੀ ਹੈ ਇੰਨਾ ਵਾਸਤੇ ਵੀ ਆਵਾਂਗੇ ਬਟ ਇਹ ਚੀਜ਼ ਸਟੇਟ ਦੇ ਹੱਥ 'ਚ ਨਹੀਂ ਇਹ ਕੇਂਦਰ ਦੇ ਉਹ ਵੀ ਗੱਲਾਂ ਆਉਣ ਗਿਆ ਪਹਿਲਾਂ ਆ ਤਾਂ ਕਰ ਲੀਏ ਸੋ ਅਮਿਤੋਜ ਮਾਨ ਜਿੰਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜੂਜਦਾ ਪੰਜਾਬ ਅਜੇ ਹਾ ਫਾਰਮ ਇਹਨਾਂ ਵੱਲੋਂ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਕਿ ਜਲਦ ਹੀ ਪੰਜਾਬ ਦੇ ਵਿੱਚ ਬਦਲਾ ਦੇਖਿਆ ਜਾ ਸਕਦਾ ਹੈ